ਬਹੁਤ ਸਾਰਾ ਨਾ ਆਪਾਂ ਭੁਲੇਖੇ ਨੂੰ ਪਹਿਲਾਂ ਬਹੁਤ ਵੱਡਾ ਨੁਕਸਾਨ ਕਰਾ ਲਿਆ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਪੂ ਬਲਕੌਰ ਸਿੰਘ ਦੇ ਘਰ ਸਿੱਧੂ ਦੇ ਛੋਟੇ ਵੀਰ ਆਉਣ ਨਾਲ ਪੂਰੇ ਪੰਜਾਬ ਤੇ ਦੁਨੀਆ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੇ ਸਿੱਧੂ ਦੀ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਜੋ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਨੇ ਉਹ ਦੂਰੋਂ ਦੂਰੋਂ ਚੱਲ ਕੇ ਸਿੱਧੂ ਦੀ ਹਵੇਲੀ 'ਚ ਪਹੁੰਚ ਰਹੇ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸਿੱਧੂ ਨੂੰ ਚਾਹੁਣ ਵਾਲੇ ਕਿੰਨੇ ਖੁਸ਼ ਨਜ਼ਰ ਆ ਰਹੇ ਨੇ, ਨੱਚ ਟੱਪ ਰਹੇ ਨੇ, ਭੰਗੜੇ ਪਾ ਰਹੇ ਨੇ ਤੇ ਉੱਥੇ ਹੀ ਹੁਣ ਸਿੱਧੂ ਮੂਸੇਵਾਲੇ ਦੇ ਤਾਏ ਨੇ ਇੱਕ ਬੇਨਤੀ ਵੀ ਕੀਤੀ ਹੈ ਤੇ ਸਿੱਧੂ ਨੂੰ ਚਾਹੁਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ ਹੈ ਤੇ ਉਹਨਾਂ ਨੇ ਉਸ ਪਰਮਾਤਮਾ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਿੱਧੂ ਦੇ ਘਰ ਦੁਬਾਰਾ ਫਿਰ ਇਹ ਖੁਸ਼ੀ ਬਖਸ਼ੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਸਿੱਧੂ ਤਾਂ ਪਹਿਲਾਂ ਹੀ ਗਵਾ ਲਿਆ ਤੇ ਅਸੀਂ ਇਕੱਠ ਦੇ ਵਿੱਚ ਕਿਸੇ ਮਾੜੇ ਚੰਗੇ ਬੰਦੇ ਦਾ ਪਤਾ ਨਹੀਂ ਲੱਗਦਾ ਵੀ ਕੋਈ ਅਣਹੋਣੀ ਨਾ ਹੋ ਜੇ। ਇਸ ਲਈ ਵੀ ਜਦੋਂ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਉਸ ਬੱਚੇ ਨੂੰ ਘਰ ਲੈ ਕੇ ਆ ਗਏ ਤਾਂ ਇਹ ਸਮਾਗਮ ਦੁਬਾਰਾ ਫੇਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਖੁਸ਼ੀਆਂ ਵੀ ਮਨਾਵਾਂਗੇ ਤੇ ਲੋਕਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਥੋੜੇ ਦਿਨ ਰੁਕ ਕੇ ਆਉਣ ਤੇ ਹੁਣ ਤੁਸੀਂ ਅੱਗੇ ਪੂਰੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਤੇ ਵੀਡੀਓ ਦੇਖਣ ਤੋਂ ਬਾਅਦ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਜਦੋਂ ਬੇਵਕਤ ਆ ਤਾਂ ਕਈ ਵਾਰੀ ਪਤਾ ਨੀ ਲੱਗਦਾ ਮਾੜਾ ਚੰਗਾ ਬੰਦਾ ਕਿਹੋ ਜਿਹਾ ਵਿੱਚ ਆ ਜਾਂਦਾ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਪਾਂ ਦੁਬਾਰਾ ਸਵੇਰ ਉਹਨਾਂ ਨੂੰ ਘਰ ਆ ਜਾਣ ਦੇ ਬ੍ਰਦਰ ਹੋਰਾਂ ਨੂੰ ਤੇ ਬੱਚੇ ਨੂੰ ਉਸ ਤੋਂ ਬਾਅਦ ਸਾਰੇ ਆਪਾਂ ਇਕੱਠੇ ਹੋ ਕੇ ਇਹ ਸਾਰਾ ਸਮਾਗਮ ਆਪਾਂ ਦੁਬਾਰੇ ਕਰਾਂਗੇ। ਅੱਜ ਕੱਲ੍ਹ ਤੁਹਾਡੇ ਜਜ਼ਬਾਤ ਸੀ, ਅਸੀਂ ਕਦੇ ਤੁਹਾਨੂੰ ਕਿਸੇ ਨੂੰ ਰੋਕਿਆ ਨੀ, ਜਿੰਨੀ ਸੀ ਸਾਰਿਆਂ ਨੂੰ ਸਾਂਝੀ ਕਰ ਲਈ। ਠੀਕ ਹੈ ਜੀ, ਹੁਣ ਸਾਰਿਆਂ ਦੇ ਚਰਨਾਂ 'ਚ ਇਹੀ ਬੇਨਤੀ ਹੈ ਵੀ ਹੁਣ ਰਾਤ ਦਾ ਵਕਤ ਹੈ, ਆਪਾਂ ਇਸ ਗੱਲ ਦੀ ਇਸ ਵੇਲੇ ਇੱਥੇ ਹੀ ਗੱਲ ਨੂੰ ਸਮਾਪਤ ਕਰੀਏ। ਠੀਕ ਹੈ, ਆਪਾਂ ਆਪਣੇ ਘਰਾਂ ਨੂੰ ਜਾਈਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।